ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਅਜਿਹੇ ਫੈਕਟ, ਕੁਝ ਅਜਿਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇਗਾ। ਸੋ ਚਲੀਏ ਦੋਸਤੋ, ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਹਾਂਜੀ ਦੋਸਤੋ, ਗੱਲ ਕਰਦੇ ਹਾਂ ਆਪਣੇ ਅੱਜ ਦੇ ਪਹਿਲੇ ਫੈਕਟ ਬਾਰੇ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਅਜਿਹਾ ਕਿਹੜਾ ਦਰਖਤ ਹੈ ਜਿਸ ਦੇ ਵਿੱਚ ਲੱਕੜੀ ਨਹੀਂ ਹੁੰਦੀ। ਦੋਸਤੋ, ਉਸ ਦਰਖਤ ਦਾ ਨਾਮ ਹੈ ਕੇਲਾ। ਕੇਲੇ ਦੇ ਵਿੱਚ ਦੋਸਤੋ ਲੱਕੜੀ ਨਹੀਂ ਪਾਈ ਜਾਂਦੀ। ਹਾਂਜੀ ਦੋਸਤੋ, ਆਪਣੇ ਦੂਜੇ ਫੈਕਟ ਬਾਰੇ ਗੱਲ ਕਰੀਏ ਤਾਂ ਬਿਲ ਮੋਰਗਨਸ ਨਾਂ ਦਾ ਇੱਕ ਬੰਦਾ ਹੈ ਜਿਸ ਨੂੰ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਸੀ ਕਿ ਉਹ ਮਰ ਚੁੱਕਿਆ ਹੈ, ਪਰ ਇਹ ਡਿਕਲੇਅਰ ਕਰਨ ਤੋਂ 15 ਮਿੰਟ ਬਾਅਦ ਉਹ ਆਦਮੀ ਉੱਠ ਖੜਾ ਹੋਇਆ ਤੇ ਆਪਣੇ ਮਰ ਕੇ ਜ਼ਿੰਦਾ ਹੋਣ ਦੀ ਖੁਸ਼ੀ ਦੇ ਵਿੱਚ ਉਸਨੇ ਇੱਕ ਲਾਟਰੀ ਦੀ ਟਿਕਟ ਖਰੀਦੀ ਤੇ ਉਸਨੂੰ ਉਸ ਲਾਟਰੀ ਦੀ ਟਿਕਟ ਦੇ ਵਿੱਚ 2 ਕਰੋੜ ਦੀ ਗੱਡੀ ਮਿਲ ਗਈ। ਅਤੇ ਬਾਅਦ ਵਿੱਚ ਨਿਊਜ਼ ਮੀਡੀਆ ਨੇ ਸਿਰਫ ਇੱਕ ਫੋਟੋ ਖਿਚਾਉਣ ਦੇ ਲਈ ਉਸਨੂੰ ਇੱਕ ਹੋਰ ਲਾਟਰੀ ਖਰੀਦਣ ਲਈ ਕਿਹਾ, ਤੇ ਜਦੋਂ ਦੋਸਤੋ ਉਸਨੇ ਇੱਕ ਹੋਰ ਲਾਟਰੀ ਖਰੀਦੀ ਤਾਂ ਉਸਦੀ ਉਹ ਲਾਟਰੀ ਵੀ ਲੱਗ ਗਈ। ਦੋਸਤੋ, ਉਹ ਲਾਟਰੀ ਉਸਦੀ $2,50,000 ਦੀ ਲੱਗੀ ਸੀ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਫੈਕਟ ਨੰਬਰ 3 ਦੀ। ਦੋਸਤੋ, ਇਸ ਇਨਸਾਨ ਦਾ ਨਾਮ ਹੈ ਭਾਰਤ ਜੈਨ ਤੇ ਇਹ ਦੁਨੀਆ ਦੇ ਸਭ ਤੋਂ ਵੱਧ ਪੈਸੇ ਕਮਾਉਣ ਵਾਲੇ ਭਿਖਾਰੀਆਂ ਦੇ ਵਿੱਚੋਂ ਇੱਕ ਹੈ। ਇਸ ਦੀ ਨੈਟਵਰਕ ਲਗਭਗ 7.5 ਕਰੋੜ ਦੀ ਆ ਤੇ ਇਹ ਹਰ ਮਹੀਨੇ 75,000 ਰੁਪਇਆ ਕਮਾਉਂਦਾ ਹੈ, ਉਹ ਵੀ ਸਿਰਫ ਭੀਖ ਮੰਗ ਕੇ। ਅਤੇ ਮੁੰਬਈ ਦੇ ਵਿੱਚ ਇਹਦੇ 2 ਮੀਲਸ ਦੇ 2 ਫਲੈਟ ਵੀ ਹਨ ਜੋ ਕਿ 1.5 ਕਰੋੜ ਦਾ ਇੱਕ ਹੈ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਫੈਕਟ ਨੰਬਰ 4 ਦੀ। ਦੋਸਤੋ, ਗੱਲ ਹੈ ਪ੍ਰਾਚੀਨ ਯੂਰਪ ਦੀ, ਜਾਣੀ ਕਿ ਪੁਰਾਣੇ ਸਮੇਂ ਦੇ ਯੂਰਪ ਦੀ। ਇੱਥੋਂ ਦੇ ਯੋਧਾ ਕਿਸੇ ਵੀ ਤਾਕਤਵਰ ਜਾਨਵਰ ਨੂੰ ਮਾਰ ਕੇ ਉਸ ਦੀਆਂ ਹੱਡੀਆਂ ਦਾ ਹਥਿਆਰ ਬਣਾਇਆ ਕਰਦੇ ਸੀ ਲੋਹੇ ਦੇ ਨਾਲ ਮਿਕਸ ਕਰਕੇ। ਉਹਨਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਦੇ ਨਾਲ ਜਾਨਵਰ ਦੀ ਆਤਮਾ ਹਥਿਆਰ ਦੇ ਵਿੱਚ ਆ ਜਾਂਦੀ ਹੈ, ਪਰ ਜੇਕਰ ਇਸ ਨੂੰ ਸਾਇੰਸ ਦੇ ਤੌਰ ਤੇ ਵੇਖਿਆ ਜਾਵੇ ਤਾਂ ਹੱਡੀਆਂ ਦੇ ਵਿੱਚ ਜਿਹੜਾ ਕਾਰਬਨ ਹੁੰਦਾ ਹੈ ਤੇ ਉਹ ਜਦੋਂ ਲੋਹੇ ਦੇ ਨਾਲ ਮਿਕਸ ਹੁੰਦਾ ਹੈ ਤੇ ਉਦੋਂ ਇੱਕ ਸਟੀਲ ਟਾਈਪ ਦਾ ਬਹੁਤ ਹੀ ਤਗੜਾ ਹਥਿਆਰ ਬਣ ਜਾਂਦਾ ਹੈ। ਹਾਂਜੀ ਦੋਸਤੋ, ਫੈਕਟ ਨੰਬਰ 5 ਹੈ। ਦੋਸਤੋ, ਜਿਰਾਫ ਇੱਕ ਅਜਿਹਾ ਜਾਨਵਰ ਹੈ ਜਿਹੜਾ ਖੜੇ ਖੜੇ ਹੀ ਸੌਂਦਾ ਹੈ ਤੇ ਇਹ ਬਹੁਤ ਹੀ ਘੱਟ ਜ਼ਮੀਨ ਤੇ ਬੈਠਦਾ ਹੈ ਤੇ ਇੱਥੋਂ ਤੱਕ ਕਿ ਜਦੋਂ ਇਹ ਆਪਣੇ ਬੱਚੇ ਨੂੰ ਜਨਮ ਦੇ ਰਿਹਾ ਹੁੰਦਾ ਹੈ ਤਾਂ ਉਦੋਂ ਵੀ ਇਹ ਜ਼ਮੀਨ ਤੇ ਬੈਠ ਕੇ ਆਪਣੇ ਬੱਚੇ ਨੂੰ ਜਨਮ ਨਹੀਂ ਦਿੰਦਾ, ਉਦੋਂ ਵੀ ਇਹ ਖੜਾ ਹੀ ਰਹਿੰਦਾ ਹੈ। ਤੇ ਦੋਸਤੋ, ਜਿਰਾਫ ਹੀ ਇੱਕ ਦੁਨੀਆ ਦਾ ਅਜਿਹਾ ਜਾਨਵਰ ਹੈ ਜੋ ਆਪਣੇ ਸਿੰਗਾਂ ਦੇ ਨਾਲ ਪੈਦਾ ਹੁੰਦਾ ਹੈ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਫੈਕਟ ਨੰਬਰ 6 ਦੇ ਬਾਰੇ। ਦੋਸਤੋ, ਸਾਲ 2005 ਦੇ ਵਿੱਚ USA ਦੇ ਫਿਲਾਡੈਲਫੀਆ ਦੇ ਵਿੱਚ ਇੱਕ ਰਿਸਰਚ ਕੀਤੀ ਗਈ ਜਿਸ ਵਿੱਚ ਇਹ ਪਤਾ ਲੱਗਾ ਕਿ ਬਿੱਲੀਆਂ ਦੇ ਵਿੱਚ ਇੱਕ ਚਮਕਲੀ ਕੰਪਿਊਟਰ ਹੁੰਦਾ ਜਿਸ ਨਾਲ ਬਿੱਲੀਆਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮਿੱਠਾ ਆਖਿਰ ਹੁੰਦਾ ਕੀ ਹੈ, ਚਾਹੇ ਉਹ ਜਿੰਨਾ ਵੀ ਮਿੱਠਾ ਖਾ ਲੈਣ। ਯਾਨੀ ਕਿ ਬਿੱਲੀ ਹੀ ਇੱਕ ਅਜਿਹੀ ਜਾਨਵਰ ਹੈ ਜਿਹੜੀ ਕਿ ਮਿੱਠਾ ਟੇਸਟ ਨਹੀਂ ਕਰ ਸਕਦੀ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਫੈਕਟ ਨੰਬਰ 7 ਦੇ ਬਾਰੇ। ਦੋਸਤੋ, ਕੀੜੀਆਂ ਦਾ ਜਿਹੜਾ ਘਰ ਹੁੰਦਾ ਹੈ ਉਹ ਉੱਪਰ ਤੋਂ ਦੇਖਣ ਨੂੰ ਬਹੁਤ ਛੋਟਾ ਜਿਹਾ ਹੁੰਦਾ ਹੈ, ਯਾਨੀ ਕਿ ਚਾਰੇ ਪਾਸੇ ਮਿੱਟੀ ਹੁੰਦੀ ਹੈ ਤੇ ਉਹਦੇ ਵਿੱਚ ਇੱਕ ਨਿੱਕਾ ਜਿਹਾ ਹੋਲ ਹੁੰਦਾ ਹੈ, ਪਰ ਜੇਕਰ ਤੁਸੀਂ ਉਸ ਕੀੜੀ ਦੇ ਛੋਟੇ ਜਿਹੇ ਘਰ ਨੂੰ ਤੋੜ ਕੇ ਉਸਦੇ ਅੰਦਰ ਜਾਓ ਤਾਂ ਤੁਹਾਨੂੰ ਮਿਲੂਗੀ ਇੱਕ ਬਹੁਤ ਵੱਡੀ ਬਿਲਡਿੰਗ ਜੋ ਇੱਕ ਇਨਸਾਨ ਤੋਂ ਵੀ ਵੱਡੀ ਹੋ ਸਕਦੀ ਆ। ਉਸ ਅੰਦਰ ਬਹੁਤ ਸਾਰੀਆਂ ਗਲੀਆਂ ਹੋਣਗੀਆਂ, ਉਸ ਅੰਦਰ ਕੀੜੀਆਂ ਦੇ ਬਹੁਤ ਸਾਰੇ ਨੈਟਵਰਕ ਹੋਣਗੇ, ਮਤਲਬ ਇਹਨਾਂ ਦੀ ਬਹੁਤ ਹੀ ਖਤਰਨਾਕ ਕੰਪਲੈਕਸ ਕਲੋਨੀ ਹੋਵੇਗੀ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਫੈਕਟ ਨੰਬਰ 8 ਦੇ ਬਾਰੇ। ਦੋਸਤੋ, ਤੁਸੀਂ ਬਲੂ ਵੇਲ ਨਾਂ ਦੀ ਮੱਛੀ ਦਾ ਨਾਮ ਤਾਂ ਸੁਣਿਆ ਹੀ ਹੋਣਾ, ਇਹ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਣੀ ਹੈ। ਤੇ ਦੋਸਤੋ, ਫੈਕਟ ਇਹ ਹੈ ਕਿ ਇਸ ਦੀ ਜੀਭ ਦਾ ਭਾਰ ਇੱਕ ਹਾਥੀ ਦੇ ਬਰਾਬਰ ਹੁੰਦਾ ਹੈ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਫੈਕਟ ਨੰਬਰ 9 ਦੇ ਬਾਰੇ। ਦੋਸਤੋ, ਅਰਮਾਨੀਆ ਪੂਰੀ ਦੁਨੀਆ ਦਾ ਇੱਕ ਅਜਿਹਾ ਦੇਸ਼ ਹੈ ਜਿੱਥੋਂ ਦੀ ਸਰਕਾਰ ਲੋਕਾਂ ਤੋਂ ਕਾਲਾ ਜਾਦੂ ਕਰਨ ਦਾ ਟੈਕਸ ਲੈਂਦੀ ਹੈ। ਹਾਂਜੀ ਦੋਸਤੋ, ਹੁਣ ਗੱਲ ਕਰਦੇ ਹਾਂ ਕਿ ਇਨਸਾਨ ਦੇ ਉਹ ਕਿਹੜੇ 3 ਹਿੱਸੇ ਹਨ ਜਿਨ੍ਹਾਂ ਦੇ ਵਿੱਚ ਖੂਨ ਨਹੀਂ ਹੁੰਦਾ। ਦੋਸਤੋ, 9 ਦੰਦ ਅਤੇ ਇਨਸਾਨ ਦੇ ਵਾਲਾਂ ਦੇ ਵਿੱਚ ਖੂਨ ਨਹੀਂ ਹੁੰਦਾ। ਹਾਂਜੀ ਦੋਸਤੋ, ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਦੋਸਤੋ, ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣੀਆਂ ਪਸੰਦ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ ਦੱਬ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਸੋ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਨੂੰ ਵੇਖਣ ਦੇ ਲਈ।